ਸੰਗਰੂਰ ਦੇ ਪਿੰਡ ਗੋਬਿੰਦਪੁਰਾ ਪਾਪੜਾਂ ਦੇ ਵਿੱਚ ਪੰਚਾਇਤ ਵੱਲੋਂ ਪਿੰਡ ਦੀ ਗਊਸ਼ਾਲਾ ਨੂੰ ਦਿੱਤੀ ਜ਼ਮੀਨ ਨੂੰ ਲੈ ਕੇ ਇਲਾਕੇ ਦੇ ਲੋਕਾਂ ਵਿੱਚ ਅਨੋਖਾ ਰੋਸ ਦੇਖਣ ਨੂੰ ਮਿਲਿਆ। ਗਊਸ਼ਾਲਾ 'ਚੋਂ ਗਊਆਂ ਕੱਢ ਕੇ ਲੋਕਾਂ ਵੱਲੋਂ ਚੰਡੀਗੜ੍ਹ ਜਾਖਲ ਹਾਈਵੇ 'ਤੇ ਛੱਡ ਦਿੱਤੀਆਂ ਗਈਆਂ ਅਤੇ ਲੋਕ ਇਸ ਦੌਰਾਨ ਜਾਮ ਲਗਾ ਕੇ ਬੈਠ ਗਏ। ਗਊਸ਼ਾਲਾ ਲਈ ਜ਼ਮੀਨ ਦੇਣ ਵਾਲੇ ਪਿੰਡ ਦੇ ਸਾਬਕਾ ਸਰਪੰਚ ਅਤੇ ਅਕਾਲੀ ਦਲ ਦੇ ਆਗੂ ਗੁਲਜ਼ਾਰੀ ਮੁਨਕ ਦਾ ਕਹਿਣਾ ਹੈ ਕਿ ਧੱਕੇ ਨਾਲ ਇਹ ਜ਼ਮੀਨ ਲਿੱਤੀ ਜਾ ਰਹੀ ਹੈ। ਇਹ ਗਊਸ਼ਾਲਾ ਜਿਹੜੀਆਂ ਗਊਆਂ ਬਾਹਰ ਕੱਢੀਆਂ ਨੇ, ਇਹ ਅਸੀਂ ਉਈ ਨਹੀਂ ਕੱਢੀਆਂ, ਅਸੀਂ ਬਹੁਤ ਮਜਬੂਰੀ 'ਚ ਕੱਢੀਆਂ ਨੇ। ਗਊਆਂ ਭੁੱਖੀਆਂ ਮਰਨ ਲੱਗ ਗਈਆਂ ਸੀ। ਅਸੀਂ ਗਊਸ਼ਾਲਾ ਕਮੇਟੀ ਨੇ ਇਹ ਫੈਸਲਾ ਕੀਤਾ, ਗਊਸ਼ਾਲਾ ਕਮੇਟੀ ਨੇ ਅਤੇ ਸ਼ਹਿਰ ਨੇ, ਵੀ ਭੁੱਖੀਆਂ ਮਰਨ ਵਾਲਾ ਤਾਂ ਇਹਨਾਂ ਨੂੰ ਛੱਡਿਆ ਜਾਵੇ, ਜਿਹਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ, ਕਿਉਂਕਿ ਇੱਥੇ ਭੁੱਖੀਆਂ ਮਰਨਗੀਆਂ ਪਾਪ ਹੋਊਗਾ। ਅਸੀਂ ਪਾਪ ਨਹੀਂ ਚੱਲ ਸਕਦੇ, ਨਾ ਕਮੇਟੀ ਚੱਲੇ ਨਾ ਸ਼ਹਿਰ ਚੱਲੇ। ਇਹ ਜਿਹੜਾ ਮਸਲਾ ਹੈ, 6 ਕਿੱਲੇ ਚਰੀ ਵਾਹਤੀ, ਇਹ ਸਿਰਫ DDPO ਹੈ ਜਿਹੜਾ, ਜਾਂ ਕੋਈ ਮੈਡਮ ਹੈ ਜਾਂ ਆਦਮੀ ਹੈ, ਇਹ ਸਾਨੂੰ ਕਨਫਰਮ ਕਰ ਲਾਂਗੇ। ਉਹਦੀ ਮਿਲੀ ਭੁਗਤ 'ਚ ਸਾਰਾ ਹੋਇਆ, ਸਾਰੀ ਚਰੀ ਬੁਹਾਈ ਹੈ ਸਾਡੀ, ਚਰੀ ਬਾਣ ਕਰਕੇ ਇਹ ਸਾਰਾ ਮਸਲਾ ਹੈ। ਗਊਆਂ ਬਾਹਰ ਕੱਢੀਆਂ ਨੇ, ਕਿਉਂਕਿ ਤੂੜੀ ਸਾਡੇ ਕੋਲ ਨਹੀਂ, ਚਰੀ ਸਾਡੇ ਕੋਲ ਨਹੀਂ। ਜਦੋਂ ਤੂੜੀ 'ਤੇ ਚਰੀ ਨਹੀਂ ਹੋਊਗੀ, ਗਊਆਂ ਨੂੰ ਅਸੀਂ ਪਾਵਾਂਗੇ ਕੀ? ਜ਼ਮੀਨ ਦਾ ਕੀ ਜ਼ਮੀਨ ਦਾ ਮੈਟਰ ਇਹ ਹੈ ਜੀ, ਇਹ ਸਾਨੂੰ ਪਿੰਡ ਨੇ ਅਤੇ ਪੰਚਾਇਤ ਨੇ ਦਿੱਤੀ ਸੀ, ਸੰਤਾਂ ਦੀ ਹਾਜ਼ਰੀ 'ਚ ਦਿੱਤੀ ਸੀ, 50 ਰੁਪਈ ਜ਼ਮੀਨ ਦਿੱਤੀ ਸੀ ਸਾਨੂੰ। ਉਹਦੇ 25 ਤੋਂ 30 ਲੱਖ ਰੁਪਇਆ ਗਊਸ਼ਾਲਾ ਕਮੇਟੀ ਨੇ ਲਾਇਆ, ਪੱਧਰ ਕੀਤੀ ਹੈ, ਬੋਰ ਕੀਤਾ, ਕਨੈਕਸ਼ਨ ਲਵਾਇਆ, ਕੋਠਾ ਪਵਾਇਆ, ਪਾਈਪਲਾਈਨ ਕਰਾਈ ਹੈ, ਬਹੁਤ ਖਰਚਾ ਕੀਤਾ, ਜਿਪਸਮ ਦੇ ਪਾਏ ਨੇ 4-5 ਟਰੱਕ, ਰੂੜੀ ਦਾ ਤਾਂ ਕੋਈ ਹਿਸਾਬ ਕਿਤਾਬ ਹੀ ਨਹੀਂ, 400 ਟਰਾਲੀ ਬਹਿ ਗਈ ਹੋਊਗੀ। ਜਦੋਂ ਉਹ ਚਾਲੂ ਹੋ ਗਈ, ਇੱਕ ਸਰਪੰਚ ਅਤੇ DDPO ਮੈਡਮ ਦੀ ਪਤਾ ਨਹੀਂ ਕੀ ਮਿਲੀ ਭੁਗਤ ਹੈ, ਇਸ ਮਿਲੀ ਭੁਗਤ ਕਰਕੇ ਉਹ ਜ਼ਮੀਨ ਵਾਹੀ ਗਈ ਹੈ। ਗਊਚਰਾਂ ਜ਼ਮੀਨ ਹੈ ਜਿਹਦੀ ਉਹਦੀ ਇਸ ਕਰਕੇ ਬੋਲੀ ਨਹੀਂ ਹੋ ਸਕਦੀ। ਤੁਹਾਡਾ ਮੀਡੀਆ ਦਾ ਬਹੁਤ ਧੰਨਵਾਦ ਸਾਡੀ ਸੁਣਨ ਆਏ ਹੋ ਤੁਸੀਂ। ਮੈਂ ਜਗਦੀਸ਼ ਗੋਇਲ, ਪ੍ਰਧਾਨ ਗਊਸ਼ਾਲਾ ਕਮੇਟੀ ਮੂਣਕ। ਇਹ ਜ਼ਮੀਨ ਪਿੰਡ ਪਾਪੜਾ ਦੀ ਪੰਚਾਇਤ ਨੇ ਸਾਨੂੰ ਬੁਲਾ ਕੇ ਕਿਹਾ ਸੀ ਵੀ ਬੰਜਰ ਜ਼ਮੀਨ ਪਈ, ਉਹਦੇ ਨਸ਼ੇੜੀਆਂ ਦਾ ਅੱਡਾ ਬਣ ਗਿਆ, ਗੁੰਡਾਗਰਦੀ ਦਾ ਅੱਡਾ ਬਣ ਗਿਆ, ਅਸੀਂ ਪਰੇਸ਼ਾਨ ਹਾਂ, ਸਾਡੇ ਕਿਸੇ ਕੰਮ ਦੀ ਨਹੀਂ। ਜੇ ਗਊਸ਼ਾਲਾ ਕਮੇਟੀ ਮੂਣ ਕੇ ਇਹਨੂੰ ਪੱਧਰ ਕਰਕੇ ਇਹਨੂੰ ਵਾਹੀਯੋਗ ਬਣਾਉਂਦੀ ਹੈ ਤਾਂ ਸਾਨੂੰ ਕੋਈ ਇਤਰਾਜ਼ ਨਹੀਂ, ਤੁਸੀਂ ਰੱਖ ਲਓ ਇਹਨੂੰ, ਕੋਈ ਠੇਕਾ ਨਹੀਂ, ਕੋਈ ਠੱਲਾ ਨਹੀਂ, ਤੁਸੀਂ ਖਰਚਾ ਕਰ ਲਓ। ਅਸੀਂ ਸੋਚ ਵਿਚਾਰ ਕਰਨ ਤੋਂ ਬਾਅਦ ਬਾਬਾ ਮੋਨੀ ਜੀ ਨਾਲ ਵਿਚਾਰ ਕੀਤਾ, ਉਹ ਕਹਿੰਦੇ ਤੁਸੀਂ ਕਰ ਲਓ। ਅਸੀਂ ਉੱਥੇ 15-20 ਦਿਨ ਪਿੰਡ ਦੇ ਟਰੈਕਟਰ ਮੰਗੇ ਵੀ, ਕਿਰਾਏ 'ਤੇ ਵੀ ਲਾਏ, ਤੇਲ ਵੀ ਫੂਕਿਆ, ਉਦੋਂ 20 ਤੋਂ 25 ਲੱਖ ਰੁਪਇਆ ਉੱਥੇ ਲਾਇਆ, ਬੋਰ ਕੀਤਾ, ਟਿਊਬਵੈਲ ਕਨੈਕਸ਼ਨ ਕਰਵਾਇਆ, ਸਾਰਾ ਕੁਝ ਕੀਤਾ। ਉਹ ਤੋਂ ਬਾਅਦ 2-3 ਸਾਲ ਉਹ 'ਚ ਕੁਛ ਨਹੀਂ ਹੋਇਆ। ਅਸੀਂ ਸੋਚਿਆ ਵੀ ਤਾਂ ਪੰਗਾ ਹੀ ਲੈ ਲਿਆ, ਆਪਾਂ ਨੇ ਇੰਨੇ ਪੈਸੇ ਵੀ ਲਾਤੇ ਅਤੇ ਲੋਕਾਂ ਦੇ ਇਕੱਠੇ ਕੀਤੇ ਹੋਏ, ਅਤੇ ਉਰੇ ਹੋ ਵੀ ਕੁਛ ਨਹੀਂ ਰਿਹਾ। ਚਲੋ 3 ਸਾਲ ਦੀ ਜਦੋਂ ਜਾਇਦ ਤੋਂ ਬਾਅਦ ਉੱਥੇ ਰੂੜੀ ਪਾਈ, ਖਾਦ ਪਾਈ, ਜਿਪਸਮ ਪਾਈ, ਉਹ ਹੌਲੀ ਹੌਲੀ ਚਾਲੂ ਹੋ ਗਈ। ਹੁਣ ਉੱਥੇ ਗਊਆਂ ਨੂੰ ਹਰਾ ਚਾਰਾ ਬੀਜਣ ਜੋਗਾ ਹੋਇਆ ਸੀ। ਹੁਣ BDPO ਮੈਡਮ ਨੇ ਅਤੇ ਸਰਪੰਚ ਨੇ ਪਤਾ ਨਹੀਂ ਕੀ ਗਿੱਟਮਿੱਟ ਕੀਤੀ, ਨਾ ਸਰਪੰਚ ਨੇ ਪਿੰਡ ਦੀ ਕੋਈ ਇਜਾਜ਼ਤ ਲੱਤੀ, ਨਾ BDO ਨੇ ਗਊਸ਼ਾਲਾ ਕਮੇਟੀ ਨੂੰ ਪੁੱਛਿਆ ਵੀ ਤੁਹਾਡਾ ਕੀ ਹਾਲ ਹੈ ਭਾਈ, ਕਿੱਥੋਂ ਤੁਸੀਂ ਗਊਆਂ ਪਾਲ ਰਹੇ ਹੋ। ਚੱਕ ਕੇ ਉਹ ਠੇਕੇ ਦੇ, ਨਾ ਮਾਤਰ ਠੇਕੇ ਦੇ, 15-20 ਹਜ਼ਾਰ ਜੋ ਸਾਨੂੰ ਪਤਾ ਲੱਗਿਆ, 15-20 ਹਜ਼ਾਰ ਰੁਪਇਆ ਆਪਣੇ ਕੋਈ ਚੇਤਿਆਂ ਨੂੰ ਬੁਲਾ ਕੇ ਠੇਕੇ ਦੇ ਦਿੱਤੀ। ਕੋਈ ਲਿਖਤ ਹੋਈ ਸੀ ਜਦੋਂ ਤੁਹਾਨੂੰ? ਕੋਈ ਲਿਖਤ ਨਹੀਂ, ਪਿੰਡ ਦੀ ਪੰਚਾਇਤ ਨੇ ਵਿਸ਼ਵਾਸ ਦਿੱਤਾ ਵੀ ਅਸੀਂ ਤੁਹਾਡੇ ਨਹੀਂ ਛਡਾਵਾਂਗੇ। ਅਸੀਂ ਕਿਹਾ ਕੋਈ ਐਗਰੀਮੈਂਟ ਕਰ ਲਓ, ਕਹਿੰਦੇ ਤੁਹਾਨੂੰ ਕੋਈ ਛਡਾਉਣਾ ਹੀ, ਤੁਸੀਂ ਕਿਉਂ ਬੇਵਿਸ਼ਵਾਸੀ ਕਰਦੇ ਹੋ? ਉਹਨਾਂ ਨੇ ਸਾਡੇ 'ਤੇ ਵਿਸ਼ਵਾਸ ਕੀਤਾ, ਅਸੀਂ ਉਹਨਾਂ 'ਤੇ ਵਿਸ਼ਵਾਸ ਕੀਤਾ। ਪੰਚਾਇਤ ਮੌਜੂਦਾ ਹਾਜ਼ਰ ਹੈ ਜਿਨ੍ਹਾਂ ਨੇ ਦਿੱਤੀ ਸੀ, ਉਹਨਾਂ ਨੂੰ ਪੁੱਛ ਲਓ ਬੇਸ਼ੱਕ। ਅੱਜ ਕੀ ਮੰਗ ਕਰਦੇ ਤੁਸੀਂ? ਅਸੀਂ ਮੰਗ ਕਰਦੇ ਹਾਂ ਸਾਨੂੰ ਜ਼ਿਆਦਾ ਗਊਸ਼ਾਲਾ ਸਾਂਭ ਲਓ, ਗਊਸ਼ਾਲਾ ਸਾਂਭ ਲਏ, ਪ੍ਰਸ਼ਾਸਨ ਸਾਨੂੰ ਕੋਈ ਜ਼ਰੂਰਤ ਨਹੀਂ। ਅਸੀਂ ਤਾਂ ਪਹਿਲਾਂ ਹੀ ਰੱਜੇ ਹੋਏ ਹਾਂ, ਸਾਡੇ ਜਿਹੜੇ 20-30-50 ਬੰਦੇ ਜਿਹੜੇ ਸਾਡੇ ਗਊਸ਼ਾਲਾ ਸੇਵਾ 'ਚ ਲੱਗੇ ਨੇ, ਸਾਰੇ ਉਹ ਕਾਰੋਬਾਰੀ ਬੰਦੇ ਨੇ, ਮਾਸਾ ਟਾਈਮ 'ਚੋਂ ਟਾਈਮ ਕੱਢ ਕੇ ਆਉਂਦੇ ਨੇ, ਫਿਰ ਲੋਕਾਂ ਅੱਗੇ ਹੱਥ ਅੱਡਣੇ ਪੈਂਦੇ ਨੇ ਸਾਨੂੰ। ਸਾਲ ਭਰ ਸਾਡੇ ਕੋਲ ਰਾਸ਼ਨ ਨਹੀਂ ਪੂਰਾ ਹੁੰਦਾ, ਕਰਜ਼ਾ ਚੜਿਆ ਚੜਾਇਆ ਰਹਿੰਦਾ ਗਊਸ਼ਾਲਾ ਸਿਰ 'ਤੇ। ਅਸੀਂ ਤਾਂ ਪ੍ਰਸ਼ਾਸਨ ਨੂੰ ਹੱਥ ਛੋੜ ਕੇ BDO ਮੈਡਮ ਨੂੰ ਹੀ ਕਹਿੰਦੇ ਹਾਂ, ਤੁਸੀਂ ਗਊਸ਼ਾਲਾ ਚਲਾਓ, ਅਸੀਂ ਤੁਹਾਡਾ ਸਹਿਯੋਗ ਕਰਾਂਗੇ। ਨਾ ਸਾਨੂੰ ਜ਼ਮੀਨ ਦੀ ਲੋੜ, ਨਾ ਗਊਸ਼ਾਲਾ ਦੀ ਲੋੜ, ਅਸੀਂ ਤਾਂ ਹੱਥ ਬੰਨ ਕੇ ਉਹਨੂੰ ਸੰਭਾਲਣ ਨੂੰ ਤਿਆਰ ਹਾਂ। ਜ਼ਿਆਦਾ ਨਹੀਂ ਤੁਸੀਂ ਚਲਾ ਸਕਦੇ, 1 ਸਾਲ ਚਲਾ ਕੇ ਦੇਖ ਲਓ, ਤੁਹਾਨੂੰ ਪਤਾ ਚੱਲ ਜੂਗਾ ਕਿਵੇਂ ਗਊਸ਼ਾਲਾ ਚੱਲਦੀ ਹੈ। ਅਸੀਂ ਸਹਿਯੋਗ ਦੇਵਾਂਗੇ ਜਿਹੜਾ ਸਾਡਾ ਸਹਿਯੋਗ, ਜਾਂ ਫਿਰ ਸਾਨੂੰ ਜਿਵੇਂ ਚੱਲਦੀ ਹੈ ਚੱਲਣ ਦਿਉ, ਨਹੀਂ ਤੁਸੀਂ ਕੁਝ ਦੇ ਸਕਦੇ, ਘੱਟੋ ਘੱਟ ਜਿਹੜਾ ਹੈਗਾ ਉਹ ਤਾਂ ਨਾ ਖੋ ਤੁਸੀਂ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਅਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਅਤੇ ਹਾਂ, ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਅਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ TV। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਅਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਅਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ TV ਦੇ ਉੱਤੇ ਵੀ ਵੇਖ ਸਕਦੇ ਹੋ, ਅਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।